ਪ੍ਰਜਨ ਸਿੰਘ ਹੋਈ ਬਲੌਗ ਏਰੀਆ ਜੀ ਕਿੱਥੇ ਤੁਸੀਂ ਫਾਈਲ ਲਗਾਉਂਦੇ ਅਸੀਂ ਸਮਰਾਲਾ ਏਰੀਆ ਇੱਥੇ ਮਾਸੀ ਬੜਾ ਸਾਹਿਬ ਸਤਵਿੰਦਰ ਕੌਰ ਗਿੱਲ ਵਾਈਫ ਆਫ ਕਮਲ ਗਿੱਲ ਕਿੰਨੀ ਵੱਡੀ ਫਾਈਲ ਹੈ ਅਸੀਂ ਇੱਕ ਸਾਲ ਪੂਰਾ ਹੋ ਗਿਆ ਜੀ 10 ਲੱਖ ਤੋਂ ਗੱਲ ਹੋਈ ਸੀ ਇਹਨਾਂ ਨੂੰ 4 ਲੱਖ 80 ਹਜ਼ਾਰ ਰੁਪਏ ਅਸੀਂ ਦੇ ਚੁੱਕੇ ਹਾਂ ਜੀ ਜਿਹੜਾ ਹੁਣ ਇਹਨਾਂ ਤੋਂ ਮੰਗਦੇ ਹਾਂ ਵੀ ਜੇ ਸਾਡੀ ਕਾਰਵਾਈ ਨਹੀਂ ਕੀਤੀ ਸਾਡਾ ਪੈਸਾ ਵਾਪਸ ਕ
ਚੈੱਕ ਬਾਉਂਸ ਕਰਾਏ ਨੇ ਜੀ ਚੈੱਕ ਪੇਮੈਂਟ ਦੇ ਹੈ 4.5 ਲੱਖ ਇੱਕ 5 ਲੱਖ ਦਾ ਚੈੱਕ ਹੈ ਜੀ ਇਹਨਾਂ ਦਾ ਦਫ਼ਤਰ ਕਿਹੜੀ ਜਗ੍ਹਾ ਤੇ ਹੈ ਜੀ ਇਹਨਾਂ ਦਾ ਕੋਈ ਦਫ਼ਤਰ ਨਹੀਂ ਜੀ ਕੋਈ ਇਹਨਾਂ ਕੋਲ ਲਾਇਸੈਂਸ ਨਹੀਂ ਹੈਗਾ ਪਹਿਲਾਂ ਇਹ ਬੁਟੀਕ ਦਾ ਕੰਮ ਕਰਦੇ ਸੀ ਹੁਣ ਬੁਟੀਕ ਦਾ ਕੰਮ ਛੱਡ ਕੇ ਇਹਨਾਂ ਨੇ ਆ ਤੋਰਿਆ ਧੰਦਾ ਕੋਈ ਲਾਇਸੈਂਸ ਨਹੀਂ ਆਪਣੇ ਡਿਪਟੀ ਸਾਹਿਬ ਸਮਰਾਲ ਵਾਲਿਆਂ ਨੇ ਇਹਨਾਂ ਤੋਂ ਪੁੱਛਿਆ ਵੀ ਇਹਨਾਂ ਕੋਲ ਲਾਇਸੈਂਸ ਹੈਗਾ ਕਹਿੰਦੇ ਸਾਡੇ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਕਿੰਨੇ ਕੁ ਜਣਿਆਂ ਦੀ ਫਾਈਲ ਲੱਗੀ ਹੋਈ ਹੈ ਤੁਹਾਡੀ ਇਹ ਸਾਡੀ ਤਾਂ ਜੀ ਅਸੀਂ ਤਾਂ ਹੁਣ ਇੱਥੇ 12 ਜਣੇ ਅਸੀਂ 12 13 ਜਣੇ ਆ ਪਰ ਬੰਦੇ ਬਹੁਤ ਨੇ ਗਿੱਲਾਂ ਦੇ ਕਿਸੇ ਦਾ ਵੀਜ਼ਾ ਲੱਗਿਆ ਵੀ ਹੈਗਾ ਕਿਸੇ ਦਾ ਇੱਕ ਵੀ ਬੰਦੇ ਦਾ ਵੀਜ਼ਾ ਲੱਗਿਆ ਜੀ ਗਿੱਲਾਂ ਪਿੰਡ ਦੇ ਨੇ ਹੈ ਜੀ ਬਸੀ ਦੇ ਨੇ ਜੀ ਬਸੀ ਦੇ ਘੱਟੋ ਘੱਟ 7-8 ਬੰਦੇ ਬਸੀ ਦੇ ਨੇ ਜੀ ਗੜੀ ਤੋਂ ਨੇ ਜੀ ਠੀਕ ਹੈ ਬਾਇਓਮੈਟ੍ਰਿਕ ਜਾਂ ਕੋਈ ਹੋਰ ਕੰਪਨੀ ਗਏ ਹੋ ਕਿਤੇ ਕੋਈ ਕਿਸੇ ਨੂੰ ਕੁਝ ਨਹੀਂ ਕਰਾਇਆ ਜੀ ਇਹਨਾਂ ਨੇ ਕੋਈ ਰਿਟਰਨ ਪੇਮੈਂਟ ਨਹੀਂ ਦੇ ਅਕਾਊਂਟ ਚ ਪਾਈ ਸੀ ਅਕਾਊਂਟ ਚ ਪਾਈ ਹੈ ਜੀ ਇਕੱਠੀ ਦਿੱਤੀ ਸੀ ਜਾਂ ਥੋੜੀ ਨਹੀਂ ਨਹੀਂ ਇਹਨਾਂ ਨੇ ਆ ਕਹੇ ਜੀ ਜਿਸ ਤਰ੍ਹਾਂ ਮੈਂ ਜੇ ਮੈਂ ਕਹਿੰਦਾ 2 ਲੱਖ ਪਾ ਦਿਓ 2.5 ਲੱਖ ਪਾ ਦਿਓ ਇਸ ਤਰ੍ਹਾਂ ਜੀ ਕੰਮ ਦਿੱਤੀ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਨੇ ਸਾਡੀ ਜਿਹੜੀ ਅਸੀਂ ਕੰਪਲੇਂ ਦਿੱਤੀ ਹੈ 2 ਮਹੀਨੇ ਹੋ ਗਏ ਅਸੀਂ ਕੰਪਲੇਂ ਦਿੱਤੀ ਉਹ ਤੇ ਜਦ ਕੋਈ ਐਕਸ਼ਨ ਨਹੀਂ ਹੋ ਰਿਹਾ ਅਸੀਂ ਕਹਿੰਦੇ ਨੇ ਉਹ ਤੇ ਵੀ ਕਾਰਵਾਈ ਕੀਤੀ ਜਾਵੇ ਸਾਡਾ ਪੈਸਾ ਸਾਨੂੰ ਵਾਪਸ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਮੀਤ ਕੌਰ ਹੈ ਜੀ ਕਿਹਦਾ ਵੀਜ਼ਾ ਲਗਵਾਇਆ ਸੀਗਾ ਫਾਈਲ ਲਗਵਾਇਆ ਅਸੀਂ ਫੈਮਿਲੀ ਵੀਜ਼ੇ ਲਈ ਅਪਲਾਈ ਕੀਤਾ ਸੀ ਕਿੰਨੇ ਜਣਿਆ ਦਾ 4 ਮੈਂਬਰ ਨੇ ਜੀ ਮਦਰ ਇਨ ਲਾ ਹੈ ਮੇਰੇ ਹਸਬੰਡ ਜੀ ਜੀ ਔਰ ਮੇਰੇ ਬੇਟਾ ਕਿਹਦੇ ਕੋਲ ਲਗਵਾਇਆ ਸੀ ਫਾਈਲ ਇਹ ਸਤਵਿੰਦਰ ਕੌਰ ਰਹੀ ਕਮਲ ਗਿੱਲ ਦੀ ਵਾਈਫ ਆ ਕੈਨੇਡਾ ਵਾਸਤੇ ਅਸੀਂ ਲਾਇਆ ਸੀਗਾ 4,80,000 ਰੁਪਏ ਦੇ ਅਕਾਊਂਟ ਦੇ ਵਿੱਚ ਪਾਇਆ ਸਾਨੂੰ ਕਹਿੰਦੇ ਤੁਹਾਡੀ ਸਟੈਂਪਿੰਗ ਹੋ ਗਈ ਬਾਇਓਮੈਟ੍ਰਿਕ ਦੀ ਡੇਟ ਦਿੱਤੀ ਸਾਨੂੰ ਡੰਮੀ ਟੈਕਾਂ ਵੀ ਦਿੱਤੀਆਂ ਅਸੀਂ ਨਾ ਸਾਨੂੰ ਕੋਈ ਪ੍ਰੂਫ ਦਿਖਾਓ ਸਾਡੀ ਫਾਈਲ ਕਿੱਥੇ ਲੱਗੀ ਸਾਨੂੰ ਨੈਟ ਤੇ ਚੈੱਕ ਕਰਾਓ ਬਿਲਕੁਲ ਇਹਨੇ ਕੁਝ ਨਹੀਂ ਕਰਾਇਆ ਫਿਰ ਸਾਨੂੰ ਇਹ ਹੋ ਗਿਆ ਵੀ ਇਹ ਫਰਾਡ ਅਸੀਂ ਇਹਨੂੰ ਕਿਹਾ ਵੀ ਤੁਸੀਂ ਸਾਡੇ ਪੈਸੇ ਵਾਪਸ ਦੇ ਦਿਓ ਨਹੀਂ ਕੰਮ ਹੋ ਰਿਹਾ ਆਪਣਾ ਆਪਣੀ ਕੋਈ ਲੜਾਈ ਨਹੀਂ ਹੈਗੀ ਕੋਈ ਗੱਲ ਨਹੀਂ ਨਹੀਂ ਹੋਇਆ ਤੁਸੀਂ ਪੈਸੇ ਦੇ ਦਿਓ ਸਾਨੂੰ ਤੇ ਤੁਸੀਂ ਆਪਦੇ ਰਸਤੇ ਅਸੀਂ ਆਪਦੇ ਰਸਤੇ ਪਰ ਇਹਨਾਂ ਨੇ ਸਾਨੂੰ ਫਿਰ ਕੀ ਕੀਤਾ ਸਾਨੂੰ ਚੈੱਕ ਦੇ ਦਿੱਤਾ 5 ਲੱਖ ਰੁਪਏ ਦਾ ਉਹ ਵੀ ਚੈੱਕ ਲੌਂਚ ਹੋ ਗਿਆ ਉਸ ਤੋਂ ਬਾਅਦ ਫਿਰ ਅਸੀਂ ਕਿਸਾਨ ਯੂਨੀਅਨ ਵਾਲੇ ਲਿਆਂਦੇ ਸਾਨੂੰ ਇਹ ਪਾਸਪੋਰਟ ਨਹੀਂ ਦੇ ਰਹੇ ਸੀ ਫਿਰ ਉਹਨਾਂ ਨੇ ਸਾਨੂੰ ਪਾਸਪੋਰਟ ਦਵਾਏ ਤੇ ਉਹਨਾਂ ਦੇ ਸਾਹਮਣੇ ਇੱਥੇ ਮਾਛਵਾੜ ਦੇ ਪ੍ਰਧਾਨ ਨੇ ਕਿਸਾਨ ਯੂਨੀਅਨ ਦੇ ਉਹਨਾਂ ਵਾਲੇ ਨੇ ਸਾਨੂੰ ਚੈੱਕ ਦਿੱਤੇ 4,80,000 ਦਾ ਤੇ ਉਹ ਵੀ ਬਾਸ ਹੋ ਚੁੱਕਿਆ ਚੈੱਕ ਇਹ ਸਾਨੂੰ ਕਹਿੰਦੇ ਤੁਹਾਨੂੰ 28 ਤਰੀਕ ਨੂੰ ਅਸੀਂ ਪੈਸੇ ਦਵਾਂਗੇ 28 ਅਪ੍ਰੈਲ ਨੂੰ ਜਦ ਕਿ ਅੱਜ 29-30 ਉਹ ਹੋ ਗਈ ਹੈ ਜੁਲਾਈ ਚੱਲ ਰਿਹਾ ਕਿੰਨੀਆਂ ਡੇਟਾਂ ਲੰਘ ਚੁੱਕੀਆਂ ਅਸੀਂ ਆਉਂਦੇ ਸੀ ਤੇ ਸਾਨੂੰ ਇਹ ਧਮਕੀਆਂ ਦੇ ਕੇ ਮੋੜ ਦਿੰਦੇ ਸੀਗੇ ਹੁਣ ਵਾਪਸ ਆਏ ਆ ਤੇ ਅੱਜ ਹੋਰ ਸਾਰੇ ਇਹਨਾਂ ਨੇ ਫਿਰ ਧਮਕੀਆਂ ਦਿੱਤੀਆਂ ਫਾਈਲ ਕਿੰਨਾ ਟ ਸਮਾਂ ਹੋ ਗਿਆ ਲਗਾਈ ਫਾਈਲ ਜੀ 1 ਸਾਲ ਹੋ ਗਿਆ 30 ਜੂਨ ਨੂੰ 1 ਸਾਲ ਤੋਂ ਦੂਜਾ ਸਾਲ ਸ਼ੁਰੂ ਹੋ ਗਿਆ ਕੰਪਲੇਂਟ ਕੀਤੀ ਹੈ ਪੁਲਿਸ ਕੰਪਲੇਂਟ ਕੀਤੀ ਹੋਈ ਹੈ ਸਾਡੀ ਖੰਨੇ ਕੀਤੀ ਹੈ ਦੀ ਐਸਐਸਪੀ ਦੇ ਉਹਨਾਂ ਨੇ ਬਲਾਕ ਥਾਣੇ ਨੂੰ ਮਾਰਕ ਕੀਤੀ ਤੇ ਕੋਈ ਕਾਰਵਾਈ ਨਹੀਂ ਹੋਈ ਸਾਡੇ ਬਿਆਨ ਵੀ ਉੱਥੇ ਲਿਖੇ ਹੋਏ ਨੇ ਇਹ ਪੁਲਿਸ ਨੂੰ ਪੈਸੇ ਦਿੰਦੇ ਨੇ ਇਹਨੇ ਪੁਲਿਸ ਸਾਡੀ ਆ ਇਹਨਾਂ ਨੇ ਹੁਣ ਵੀ ਇਹੀ ਕਿਹਾ ਹੁਣ ਤੁਸੀਂ ਉਹਨਾਂ ਦੇ ਘਰ ਦੇ ਬਾਹਰ ਧਰਨਾ ਲਾਇਆ ਕੋਈ ਗੱਲਬਾਤ ਹੋਈ ਆ ਉਹਰੇ ਉਹਨਾਂ ਨਾਲ ਬਿਲਕੁਲ ਜੀ ਉਹਨਾਂ ਨੇ ਸਾਡੇ ਨਾਲ ਬਹਿਸ ਕੀਤੀ ਸਾਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਕਹਿੰਦਾ ਤੁਹਾਨੂੰ ਡੰਡਿਆਂ ਨਾਲ ਮੈਂ ਕੱਲਾ ਹੀ ਮਾਰ ਦੂੰਗਾ ਆ ਸਾਡੀ ਜਾਨੀ ਮਾਨੀ ਨੁਕਸਾਨ ਕੋਈ ਵੀ ਹੁੰਦਾ ਇਹ ਖੁਦ ਜ਼ਿੰਮੇਵਾਰ ਉਹਨਾਂ ਨੇ ਕੋਈ ਦਫ਼ਤਰ ਬਣਾਇਆ ਹੋਇਆ ਕੋਈ ਦਫ਼ਤਰ ਨਹੀਂ ਇੱਥੇ ਘਰੇ ਹੀ ਇਹ ਕੰਮ ਕਰਦੇ ਨੇ ਕੋਈ ਇਹਨਾਂ ਕੋਲ ਲਾਇਸੈਂਸ ਨਹੀਂ ਹੈਗਾ ਬਹੁਤ ਦੁਨੀਆ ਨਾਲ ਵੀਰੇ ਫਰਾਡ ਕੀਤਾ ਹੋਇਆ ਜਵਾਬ
असल मिलावट हुई सब इंस्पेक्टर जगजीत सिंह नाल उह कहिंदे सी 10 टाइम दी आपस विच सहमति हो जाए खिलाफ उहदे खिलाफ परचा भी करना जी ਤੁਹਾਡੇ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ ਜੀ ਅਸੀਂ ਮੈਂ ਕਹਿ ਰਿਹਾ ਜੀ ਨਹੀਂ ਤਾਂ ਅਸੀਂ ਬੈਠੇ ਹਾਂ ਜੋ ਹੋਊਗੀ ਕਾਰਵਾਈ ਕਰਾਂਗੇ ਕੋਈ ਸਬੰਧ ਨਹੀਂ ਜੀ ਹਾਂਜੀ।